ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਹਾਂ ਜੀ ਨਵਾਂ ਨੋਟੀਫਿਕੇਸ਼ਨ ਪਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤਾ ਗਿਆ ਹੈ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸਟੂਡੈਂਟਸ ਤੇ ਭੈਣ ਭਰਾ ਨੂੰ ਰਿਕੁਐਸਟ ਹੈ ਜਿਹੜੇ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਮੈਡੀਕਲ ਫੀਲਡ ਨਾਲ ਰਿਲੇਟਡ ਨਰਸਿੰਗ ਨਾਲ ਰਿਲੇਟਡ ਲੈਬ ਟੈਕਨੀਸ਼ੀਅਨਸ ਪੈਰਾ ਮੈਡੀਕਲ ਸਟਾਫ ਨਾਲ ਰਿਲੇਟਡ ਹਰ ਇੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰੋਵਾਈਡ ਕੀਤਾ ਜਾਂਦਾ ਹੈ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲੋ ਹਾਂਜੀ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਆਏ ਨੋਟੀਫਿਕੇਸ਼ਨ ਦੀ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦਾ ਨਵਾਂ ਨੋਟੀਫਿਕੇਸ਼ਨ ਆਇਆ ਜੀ ਲੈ ਕੇ ਚੱਲਦੇ ਹਾਂ ਤੁਹਾਨੂੰ ਨੋਟੀਫਿਕੇਸ਼ਨ ਦੇ ਉੱਤੇ ਹਾਂਜੀ ਆਪਾਂ ਆ ਗਏ ਹਾਂ ਜੀ ਨੋਟੀਫਿਕੇਸ਼ਨ ਦੇ ਉੱਤੇ ਠੀਕ ਹੈ ਜੀ ਨੋਟੀਫਿਕੇਸ਼ਨ ਕੀ ਆ ਜੀ ਨੋਟੀਫਿਕੇਸ਼ਨ ਆ ਜੀ ਦਾ ਡਿਟੇਲ ਰਿਵਾਈਜ਼ ਸ਼ਡਿਊਲ ਫॉर ਸੈਕੰਡ ਰਾਉਂਡ ਆਫ ਪੀਜੀ ਮੈਡੀਕਲ ਆਨਲਾਈਨ ਪੰਜਾਬ ਸਟੇਟ ਕਾਉਂਸਲਿੰਗ ਇਜ਼ ਐਸ ਅੰਡਰ ਠੀਕ ਹੈ ਜੀ ਜਿਹੜਾ ਪੀਜੀ ਮੈਡੀਕਲ ਦੀ ਕਾਉਂਸਲਿੰਗ ਹੋਣੀ ਸੀ ਉਹਦਾ ਜਿਹੜਾ ਆਨਲਾਈਨ ਸ਼ਡਿਊਲ ਆ ਉਹ ਪੋਸਟਪੋਨ ਕਰ ਦਿੱਤਾ ਗਿਆ ਸੀ ਪਰ ਉਹਦਾ ਹੁਣ ਰਿਵਾਈਜ਼ਡ ਸ਼ਡਿਊਲ ਦੁਬਾਰਾ ਤੋਂ ਅਪਲੋਡ ਹੋ ਗਿਆ ਵਾ ਸਾਰੇ ਬੱਚੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰਕੇ ਇਹ ਡਾਊਨਲੋਡ ਕਰ ਸਕਦੇ ਆ ਤੇ ਸ਼ਡਿਊਲ ਦਾ ਪੂਰੀ ਇਨਫੋਰਮੇਸ਼ਨ ਤੁਸੀਂ ਕਲੈਕਟ ਕਰ ਸਕਦੇ ਹੋ ਜਿੱਦਾਂ ਨੰਬਰ 1 ਆ ਜੀ ডিসਪਲੇ ਆਫ ਟੈਂਟੇਟਿਵ ਵੈਕੈਂਸੀ ਪੋਜੀਸ਼ਨ ਆਫ ਸੀਟਸ ਫॉर ਸੈਕੰਡ ਰਾਉਂਡ ਆਫ ਪੀਜੀ ਮੈਡੀਕਲ ਕਾਉਂਸਲਿੰਗ ਟੂ ਬੀ ਅਪਡੇਟਡ ਫਰੋਮ ਟਾਈਮ ਟੂ ਟਾਈਮ ਅਪ ਟੂ 9 2 2022 ਯਾਨੀ ਕਿ 9 ਫਰਵਰੀ ਠੀਕ ਹੈ ਜੀ ਡੇਟ ਆਫ registration surrender of seat of first counseling with free exit those candidates who will not be upgraded in second round will be considered as second round joint candidate after 17 2 2022 he she will not be allowed to resign surrender the respective seat theek hai ji 17 2 2022 up to 3 pm so eh sari information eh pdf de vich ਤੁਸੀਂ ਡਾਊਨਲੋਡ ਕਰ ਸਕਦੇ ਹੋ ਜੇ ਮੈਂ ਸਾਰਾ ਪੜ੍ਹ ਕੇ ਦਿਖਾਉਣ ਲੱਗ ਗਿਆ ਤਾਂ ਵੀਡੀਓ ਲੰਬੀ ਹੋ ਜੂਗੀ ਠੀਕ ਹੈ ਜੀ ਬਾਕੀ ਟੈਲੀਗ੍ਰam ਚੈਨਲ ਆਪਣਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੁੰਦਾ ਉਹਦੇ ਤੇ ਮੈਂ ਆਲਰੇਡੀ ਡਾਊਨਲੋਡ ਅਪਲੋਡ ਕਰ ਚੁੱਕਿਆ ਹਾਂ ਉੱਥੋਂ ਤੁਸੀਂ ਜਾ ਕੇ ਇਹ ਨੋਟਿਸ ਆ ਜਿਹੜਾ ਇਹਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਨਹੀਂ ਤਾਂ ਬਾਬਾ ਫਰੀਦ ਯੂਨੀਵਰਸਿਟੀ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੁੰਦਾ ਵਾ ਦੇ ਦਿੰਦਾ ਵਾਂ ਸੋ ਉੱਥੋਂ ਜਾ ਕੇ ਵੀ ਤੁਸੀਂ ਇਹ ਡਾਊਨਲੋਡ ਕਰਕੇ ਰੀਡ ਕਰ ਸਕਦੇ ਹੋ ਸੋ ਜਿਹੜੇ ਕੈਂਡੀਡੇਟ ਨੇ ਵੀ ਕਾਉਂਸਲਿੰਗ ਲਈ ਸਿਲੈਕਟ ਹੋਏ ਹੋਏ ਨੇ ਸੋ ਉਮੀਦ ਆ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਸੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਜਿਹੜੇ ਬੱਚਿਆਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਵੋ ਜੀ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ